ਨਾਲ ਦਾ ਇੱਕ ਲਵਾਰਸ ਬੈਗ ਇੱਥੇ ਪਿਆ ਹੋਇਆ ਆ ਕਿ ਅਸੀਂ ਅੰਕਲ ਨੂੰ ਪੁੱਛਦੇ ਆ। ਹਾਂਜੀ ਅੰਕਲ ਜੀ। ਹਾਂਜੀ ਮੇਰੇ ਕੋਲ ਆਇਆ ਸੀ ਚਾਹ ਪੀਣ ਆਇਆ ਸੀ ਅਤੇ ਸ਼ਰਾਬ ਪੀਤੀ ਹੋਈ ਸੀ ਉਹਨੇ ਅਤੇ ਰੱਜਿਆ ਪਿਆ ਸੀਗਾ ਅਤੇ ਚਾਹ ਪੀਤੀ ਕਹਿੰਦਾ ਚਾਹ ਡੋਲ ਕੇ ਚਲ ਗਿਆ ਅੰਦਰੋਂ ਅਤੇ ਬੈਗ ਇੱਥੇ ਰੱਖ ਗਿਆ ਅਤੇ ਆਪ ਨਿਕਲ ਗਿਆ ਅੱਗੇ ਜੀ। ਹਾਂਜੀ ਹੁਣ ਸਾਡੇ ਨਾਲ ਇੱਕ ਅੰਕਲ ਨੇ ਅਸੀਂ ਉਹ ਕੁਝ ਕਹਿਣਾ ਚਾਹੁੰਦੇ ਨੇ। ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਉਹਦਾ ਮਾਲਕ ਆ ਜਾਂ ਉਹ ਆਵੇ ਜਾਂ ਪੁਲਿਸ ਆ ਕੇ ਇਹਨੂੰ ਫੋਲੇ, ਅਸੀਂ ਇਹਨੂੰ ਕਿੱਦਾਂ ਹੱਥ ਲਾ ਸਕਦੇ ਹਾਂ। ਹਾਂਜੀ ਤੁਸੀਂ ਪੁਲਿਸ ਨੂੰ ਕੁਝ ਦੱਸਿਆ? ਮੈਂ ਦੱਸ ਕੇ ਆਇਆ। ਹਾਂਜੀ ਕਿ ਭਾਜੀ ਉੱਥੇ ਲਵਾਰੇ 'ਚ ਬੈਗ ਪਿਆ ਆ ਤਾਂ ਸਾਨੂੰ ਡਰ ਲੱਗਦਾ ਤਾਂ ਉਹਨੂੰ ਚੱਕਵਾ ਕੇ ਲਿਜਾਓ। ਉਹ ਕਹਿੰਦੇ ਬੰਦੇ ਭੇਜਦੇ, ਬੰਦੇ ਭੇਜਿਆ ਨਹੀਂ ਆਉਣ ਤਾਈਂ, ਰਾਤੀ ਕਹਿ ਕੇ। ਕਿਸੇ ਨੇ ਪੁਲਿਸ ਨੂੰ ਫੋਨ ਕੀਤਾ? ਮੈਂ ਵੀ ਆਉਣ ਕੀਤੀ ਹੈ। ਮੈਂ ਠੈਣ ਦਾ ਜਸਵੀਰ ਦੇ ਐਸ ਆਈ ਨੂੰ ਹੁਣ ਟੈਲੀਫੋਨ ਕੀਤਾ ਸੀ ਵੀ ਇੱਕ ਮੇਰੇ ਮਕਾਨ ਦੇ ਮੂਹਰੇ ਲਵਾਰ 'ਚ ਬੈਗ ਪਿਆ ਆ, ਉਹ ਕੱਲ੍ਹ ਦਾ ਤਕਰੀਬਨ ਪਿਆ ਆ ਅਤੇ ਉਹ ਕਹਿੰਦਾ ਮੈਂ ਥਾਣੇ ਇਨਫੋਰਮੇਸ਼ਨ ਭੇਜ ਦਿੰਦਾ ਹਾਂ ਅਤੇ ਮਿਹਰਬਾਨੀ ਕਰਕੇ ਇਹਨੂੰ ਚੁੱਕ ਕੇ ਲੈ ਜਾਓ ਤਾਂ ਕਿ ਹੋ ਸਕਦਾ ਕੋਈ ਹੈਪੀਨੈਸ ਦਾ ਹੋ ਜਾਏ। ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ। ਜਿਹੜਾ ਇੱਥੇ ਬੈਗ ਮਿਲਿਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਗੱਲ ਤਾਂ ਸਾਨੂੰ ਹੁਣੇ ਫੋਨ ਗਿਆ ਸੀਗਾ ਇੱਥੋਂ ਕਿ ਉੱਥੇ ਕੋਈ ਬੈਗ ਪਿਆ ਲਵਾਰਸ, ਅਸੀਂ ਆਏ ਹਾਂ ਚੈੱਕ ਕੀਤਾ ਕਿ ਕਿਸੇ ਫੌਜੀ ਦਾ ਕਿਸੇ ਸ਼ਰਾਬੀ ਹੋਇਆ ਕੋਈ ਫੌਜੀ ਛੱਡ ਗਿਆ ਜੀ ਅਤੇ ਬਾਕੀ ਦੇਖ ਲੈਣ ਜੇ ਇਹਦਾ ਵੀ ਹੋਇਆ ਉਹਦੇ ਹੈਂਡਲ ਕਰ ਦਾਂਗੇ ਆਪਾਂ। ਕੋਈ ਫੌਜੀ ਛੁੱਟੀ ਆਇਆ ਹੋਣਾ, ਵਿੱਚ ਵਰਦੀ ਹੈਗੀ ਉਹਦੀ, ਬੂਟ ਹੈਗੇ ਨੇ ਉਹਦੇ, ਸਿਵਲ ਡਰੈਸ ਵਾ ਉਹਦੀ, ਜੇ ਇਹਦਾ ਵੀ ਹੋਇਆ ਉਹਨੂੰ ਹੈਂਡਓਵਰ ਕਰ ਦਾਂਗੇ ਆਪਾਂ। ਹਾਂਜੀ ਕੋਈ ਉੱਦਾਂ ਦੀ ਚੀਜ਼ ਨਹੀਂ ਹੈਗੀ ਬੈਗ ਦੇ ਵਿੱਚ, ਸਿਰਫ ਕੱਪੜੇ ਨੇ ਉਹਦੇ। ਹਾਂਜੀ ਇੱਕ ਉਹਦਾ ਸਲੀਪਿੰਗ ਬੈਗ ਆ, ਸਲੀਪਿੰਗ ਬੈਗ ਸਰ। ਕੱਲ੍ਹ ਦਾ ਇੱਥੇ ਪਿਆ ਹੋਇਆ 3 ਵਜੇ ਦਾ ਅਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਦੇਖੋ ਜੀ ਸਾਨੂੰ ਤਾਂ ਅੱਜ ਹੀ ਇਨਫੋਰਮੇਸ਼ਨ ਮਿਲੀ ਆ, ਹੁਣੇ ਤੁਰੰਤ ਆਪਾਂ ਆ ਗਏ ਹਾਂ, ਜੇ ਕੱਲ੍ਹ ਸਾਨੂੰ ਦੱਸ ਦਿੰਦੇ ਕੱਲ੍ਹ ਆ ਜਾਂਦੇ। ਕੋਈ ਉੱਦਾਂ ਦੀ ਸ਼ੱਕੀ ਵਸਤੂ ਨਹੀਂ ਹੈਗੀ ਇਹਦੇ ਵਿੱਚ, ਸਿਰਫ ਕੱਪੜੇ ਨੇ, ਉਹ ਕੋਈ ਜਾਂ ਸ਼ਰਾਬੀ ਹੋਊਗਾ ਛੱਡ ਗਿਆ, ਠੀਕ ਹੈ ਜੀ। ਹੋਰ ਉਹਦੇ ਵਿੱਚ ਕੋਈ ਉੱਦਾਂ ਦੀ ਸ਼ੱਕੀ ਵਸਤੂ ਨੂੰ ਉੱਦਾਂ ਦੀ ਕੋਈ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ, ਪਬਲਿਕ ਨੂੰ ਡਰਨ ਦੀ ਲੋੜ ਨਹੀਂ ਹੈਗੀ। ਥੈਂਕ ਯੂ ਸਰ। ਓਕੇ ਥੈਂਕ ਯੂ।